ਕੁੜੀਆਂ ਨੂੰ ਬਚਾਣਾ ਮੁੰਡੇ ਨੂੰ ਪਿਆ ਭਾਰੀ। ਸਕੂਲ ਦੇ ਬਾਹਰ 35 ਮੁੰਡਿਆਂ ਨੇ ਪਾਇਆ ਘੇਰਾ, ਹਥਿਆਰਾਂ ਨਾਲ ਵੱਢ ਕੇ ਵੇਖੋ ਕੀ ਕੀਤਾ ਹਾਲ। ਤਾਂ ਦੱਸ ਦਈਏ ਕਿ ਸਕੂਲ 'ਚ ਕੁੜੀਆਂ ਨੂੰ ਮੁੰਡੇ ਛੇੜਦੇ ਸੀ, ਜਿਸ ਨੂੰ ਲੈ ਕੇ ਇੱਕ 11ਵੀਂ ਕਲਾਸ ਦੇ ਮੁੰਡੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਤਾਂ ਛੁੱਟੀ ਤੋਂ ਬਾਅਦ 30 ਤੋਂ 35 ਨੌਜਵਾਨ ਹਥਿਆਰਾਂ ਦੇ ਨਾਲ ਆਉਂਦੇ ਨੇ ਤੇ ਇਸ ਨੂੰ ਗੰਭੀਰ ਸੱਟਾਂ ਮਾਰਦੇ ਨੇ, ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਰਾਮਪੁਰਾ ਫੂਲ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ 11ਵੀਂ ਕਲਾਸ ਦੇ ਵਿੱਚ ਪੜ੍ਹਦਾ। ਤਾਂ ਕੁਝ ਕੁੜੀਆਂ ਦੀ ਇਸ ਦੇ ਵੱਲੋਂ ਮਦਦ ਕੀਤੀ ਗਈ ਸੀ, ਕਿਉਂਕਿ ਕੁੜੀਆਂ ਨੂੰ ਕੁਝ ਮੁੰਡੇ ਛੇੜ ਰਹੇ ਸੀ। ਤਾਂ ਇਹ ਮੌਕੇ ਤੇ ਪਹੁੰਚਦਾ ਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਦਾ। ਤਾਂ ਪਹਿਲਾਂ ਤਾਂ ਇਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹ ਮੌਕੇ ਤੋਂ ਚਲੇ ਜਾਂਦੇ ਨੇ। ਤਾਂ ਜਿਵੇਂ ਹੀ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਇਸ ਨੌਜਵਾਨ ਨੂੰ ਬਾਹਰ ਘੇਰਿਆ ਜਾਂਦਾ। ਤਾਂ 30 ਤੋਂ 35 ਨੌਜਵਾਨ ਹੁੰਦੇ ਆ ਜਿਨ੍ਹਾਂ ਦੇ ਕੋਲ ਤੇਜ਼ ਧਾਰ ਹਥਿਆਰ ਹੁੰਦੇ ਆ। ਤਾਂ ਇਹਨਾਂ ਦੇ ਵੱਲੋਂ ਕੁੱਟ ਕੁੱਟ ਕੇ ਇਸ ਨੌਜਵਾਨ ਨੂੰ ਗੰਭੀਰ ਜ਼ਖਮੀ ਕੀਤਾ ਜਾਂਦਾ ਹੈ ਤੇ ਇਸਦੇ ਕਾਫੀ ਸੱਟਾਂ ਵੀ ਲੱਗਦੀਆਂ ਨੇ, ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਹੁਣ ਪਿਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਮੁੰਡਿਆਂ ਦੇ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਸੰਬੰਧੀ ਪੁਲਿਸ ਦਾ ਹਾਲੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇਹ ਮੇਰਾ ਬੇਟਾ ਜੀ ਦੇਵ ਕੁਮਾਰ, ਇਹ ਸਰਕਾਰੀ ਸੈਕੰਡਰੀ ਸਕੂਲ 'ਚ ਪੜ੍ਹਦਾ, ਇੱਥੇ ਰਾਮਪੁਰਾ ਫੂਲ 'ਚ। ਕੱਲ੍ਹ ਕੁਛ ਮੁੰਡਿਆਂ ਨੇ, ਕੁੜੀਆਂ ਨੇ ਇਹਦੀ ਮਦਦ ਕੀਤੀ ਕਿ ਮੈਨੂੰ ਉਹਨਾਂ ਤੰਗ ਕਰ ਰਹੇ ਆ ਕੁਛ ਮੁੰਡੇ, ਤਾਂ ਇਸਨੇ ਉਹਨਾਂ ਨੂੰ ਰੋਕਿਆ ਮੁੰਡਿਆਂ ਨੂੰ। ਤਾਂ ਉਹਨਾਂ ਨੇ ਬਾਹਰ ਜਾ ਕੇ ਇਹਦੇ ਨਾਲ ਹੱਥੋਪਾਈ ਕੀਤੀ। ਉਸ ਤੋਂ ਬਾਅਦ ਥੋੜ੍ਹਾ ਸਮਝੌਤਾ ਕਰਕੇ ਆਪਣੇ ਘਰ ਚਲੇ ਗਏ। ਫਿਰ ਸ਼ਾਮ ਨੂੰ ਇਹਨੂੰ 40-45 ਮੁੰਡੇ ਆਏ ਕਿਰਪਾਨਾਂ ਨਾਲ ਘੇਰ ਕੇ ਵੱਢਿਆ ਇਹਨੂੰ ਚੰਗੀ ਤਰ੍ਹਾਂ, ਚੰਗੀਆਂ ਇਹਨੂੰ ਸੱਟਾਂ ਮਾਰੀਆਂ ਉਹਨਾਂ ਨੇ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਅਸੀਂ ਥਾਣੇ ਵੀ ਗਏ, ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ। ਕੱਲ੍ਹ ਦਾ ਸਾਡਾ ਬੇਟਾ ਅਸੀਂ ਤੜਫ ਰਿਹਾ, ਦੱਸੋ ਅਸੀਂ ਕਿੱਥੇ ਲੈ ਕੇ ਜਾਈਏ। ਪੁਲਿਸ ਨੂੰ ਕੱਲ੍ਹ ਤੱਕ ਭੇਜਿਆ ਹੋਇਆ ਜੀ, ਹਜੇ ਤੱਕ ਕੋਈ ਪੁਲਿਸ ਵਾਲਾ ਨਹੀਂ ਆਇਆ ਜੀ। ਸਕੂਲ 'ਚ ਪ੍ਰਿੰਸੀਪਲ ਨੇ ਕਿਹਾ ਜੀ ਅਸੀਂ ਕਾਰਵਾਈ ਕਰਾਂਗੇ, ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ। ਇਹ +1 ਦੇ ਵਿੱਚ ਪੜ੍ਹਦਾ ਜੀ ਬੇਟਾ ਮੇਰਾ, ਸਰਕਾਰੀ ਸੈਕੰਡਰੀ ਸਕੂਲ ਹੈ ਜੀ। ਮੈਂ ਜੀ ਅੱਜ ਮੈਨੂੰ ਇੱਕ ਫੋਨ ਆਇਆ ਵੀ ਕੱਲ੍ਹ ਦਾ ਇੱਕ ਬੱਚਾ ਹੈਗਾ ਕੋਈ 16-17 ਸਾਲ ਦਾ, ਦੇਵ ਉਹਦਾ ਨਾਂ ਹੈ ਜੀ, ਰਾਮਪੁਰਾ ਫੂਲ ਤੋਂ ਹੈ ਜੀ। ਕੱਲ੍ਹ ਕੋਈ ਸਕੂਲ ਦੇ ਵਿੱਚ ਕੋਈ ਕੁੜੀਆਂ ਨਾਲ, ਕੋਈ ਗਾਂਧੀ ਨਗਰ ਦੇ ਬੱਚੇ ਹੈ, ਉਹ ਕੋਈ ਛੇੜਖਾਨੀ ਕਰ ਰਹੇ ਸੀ ਅਤੇ ਉਹਨਾਂ ਨੇ ਕੁੜੀਆਂ ਨੇ ਇਹ ਜਿਹੜਾ ਦੇਵ ਹੈ ਮੁੰਡਾ ਇਹਨੂੰ ਕਹਿਤਾ ਵੀ ਇਹ ਮੈਨੂੰ ਛੇੜਖਾਨੀ ਕਰਦੇ, ਕੋਈ ਗੇਟ ਭੇੜ ਦੇ। ਉਹਨੇ ਗੇਟ ਭੇੜਤਾ ਅਤੇ ਸਕੂਲ ਦੇ ਵਿੱਚ ਲੜਾਈ ਹੋਈ। ਲੜਾਈ ਹੋਣ ਤੋਂ ਬਾਅਦ ਜਿੰਨਾ ਕੁ ਸੁਣਨ ਦੇ ਵਿੱਚ ਆਇਆ, ਇਹਨਾਂ ਦੇ ਪਰਿਵਾਰ ਨੇ ਦੱਸਿਆ ਵੀ ਟੀਚਰਾਂ ਨੇ ਕੋਈ ਸਮਝੌਤਾ ਕਰਾਤਾ ਸੀ। ਉਸ ਤੋਂ ਬਾਅਦ ਜਿਹੜਾ ਦੇਵ ਹੈ ਉਹ ਅਕਸਰ ਉਹਨਾਂ ਦਾ ਘਰ ਹੈਗਾ ਜੀ ਕੁਟੀਆ ਪੁਲ ਤੋਂ ਪਰਾਂ, ਉਹ ਰੈਗੂਲਰੀ ਜਾਂਦਾ ਜੀ ਇੱਧਰ ਉੱਧਰ, ਅਤੇ ਉਹਨੂੰ ਤਕਰੀਬਨ ਕੋਈ 5-5:30 ਵਜੇ ਦਾ ਟਾਈਮ ਸੀ, ਕੋਈ 35-40 ਜਣੇ ਦੱਸ ਰਿਹਾ ਸੀ ਸੀਸੀਟੀਵੀ ਕੈਮਰੇ ਦੀਆਂ ਜਿਹੜੀਆਂ ਫੁਟੇਜ ਹੈ ਉਹ ਕਢਵਾ ਰਹੇ ਆ, 35-40 ਜਣੇ ਉਹਨੂੰ ਜਾਣੀ ਕਿ ਉਹਦੀ ਕੁੱਟਮਾਰ ਕੀਤੀ। ਅਤੇ ਸੁਣਨ ਦੇ ਵਿੱਚ ਆਇਆ ਉਹਨਾਂ ਕੋਲ ਕਿਰਪਾਨਾਂ, ਗੜਾਸੇ ਅਤੇ ਆਹ ਜਿਹੜੀਆਂ ਸਾਈਕਲ ਦੀਆਂ ਗਰਾਰੀਆਂ ਹੁੰਦੀਆਂ ਉਹ ਲੱਗੀਆਂ ਹੁੰਦੀਆਂ ਵੀ। ਸੋ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਕਰਦਾ ਵੀ 16-17 ਸਾਲ ਦੇ ਬੱਚੇ ਅੱਜ ਕਿਰਪਾਨਾਂ ਚੱਕੀ ਫਿਰਦੇ ਆ, ਗੜਾਸੇ ਚੱਕੀ ਫਿਰਦੇ ਆ, ਤਾਂ ਇਹ ਤੋਂ ਅਸੀਂ ਕੋਈ ਸੇਧ ਨਹੀਂ ਲੈ ਸਕਦੇ। ਮੈਨੂੰ ਅੱਜ ਪਤਾ ਲੱਗਿਆ ਵੀ ਪ੍ਰਸ਼ਾਸਨ ਵੀ ਇੱਥੇ ਕੱਲ੍ਹ ਦਾ ਨਹੀਂ ਪਹੁੰਚਿਆ, ਕੱਲ੍ਹ 6 ਵਜੇ ਦਾ ਬੱਚਾ ਦਾਖਲ ਹੈ ਇੱਥੇ ਅਤੇ ਹਜੇ ਤੱਕ ਪ੍ਰਸ਼ਾਸਨ ਪਹੁੰਚਿਆ ਨਹੀਂ। ਮੈਂ ਹੁਣੀ SHO ਸਾਹਿਬ ਨਾਲ ਗੱਲ ਕਰਕੇ ਹਟਿਆ, ਉਹ ਕਹਿੰਦੇ ਸਾਡਾ ਜਿਹੜਾ IO ਹੈ ਗੁਰਦਿੱਤ ਸਿੰਘ ਉਹ BG ਸੀਗਾ ਅਤੇ ਉਹ ਕੱਲ੍ਹ ਆ ਕੇ ਬਿਆਨ ਲੈਣਗੇ, ਅਗਰ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਇਹ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਕੋਈ ਧਰਨਾ ਵਗੈਰਾ ਅਸੀਂ ਦੇਖਾਂਗੇ। ਕੱਲ੍ਹ ਨੂੰ ਅਸੀਂ ਵਪਾਰ ਮੰਡਲ ਨਾਲ ਜਿੰਨੀਆਂ ਵੀ ਇੱਥੇ ਸੰਸਥਾਵਾਂ ਹੈ ਵੀ ਜੇ ਅੱਜ ਕੱਲ੍ਹ 16-17 ਸਾਲ ਦੇ ਬੱਚੇ ਇਹ ਕੁਛ ਕਰਦੇ ਆ
ਤਾਂ ਮਾਹੌਲ ਕੋਈ ਬਾਲਾ ਵਧੀਆ ਨਹੀਂ ਬਣਨਾ। ਇਹਦੇ ਸੁਣਨ ਦੇ ਵਿੱਚ ਆਇਆ ਵੀ ਦੇਖੋ ਮੈਂ ਦੇਖਿਆ ਤਾਂ ਹੈ ਨਹੀਂ ਵੀ 13-14 ਟਾਂਕੇ ਲੱਗੇ ਆ ਜੀ, ਇਹ ਦੇਖਦੇ ਆ ਵੀ ਉਹਦੇ ਜਿਹੜਾ ਟਾਂਕੇ ਲੱਗਿਆ ਸ਼ਾਰਪ ਹੈ ਇੱਕ ਬਲੰਟ ਹੈ। ਕੱਲ ਨੂੰ ਅਸੀਂ ਡਾਕਟਰ ਸਾਹਿਬ ਨੂੰ ਮਿਲ ਰਹੇ ਹਾਂ, ਸਕੂਲ ਦੇ ਵਿੱਚ ਜਾ ਰਹੇ ਹਾਂ, ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਸਖਤੀ ਨਾਲ ਸਾਡੇ ਸ਼ਹਿਰ ਵਾਸੀਆਂ ਵੱਲੋਂ ਐਕਸ਼ਨ ਲਿਆ ਜੀ।